ਪੰਜਾਬ ਸਰਕਾਰ ਵੱਲੋਂ ਪੁਲਿਸ ਅਤੇ ਆਮ ਲੋਕਾਂ ਦੇ ਤਾਲੁਕਾਤ ਨੂੰ ਬਿਹਤਰ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿੱਚ ਅਜਿਹੀਆਂ ਬੈਠਕਾਂ ਦਾ ਆਯੋਜਨ ਕੀਤਾ ਜਾਵੇਗਾ। ਏਡੀਜੀਪੀ ਆਸ਼ੀਸ਼ ਚੌਧਰੀ ਨੇ ਅਜਿਹੀ ਇੱਕ ਬੈਠਕ ਦੌਰਾਨ ਆਖਿਆ ਕਿ ਪੁਲਿਸ ਅਤੇ ਆਮ ਲੋਕਾਂ ਦੇ ਵਿੱਚ ਸੰਬੰਧ ਬਿਹਤਰ ਕਰਨ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਵੀ ਕੀਤਾ ਜਾ ਸਕੇਗਾ। ਇਹ ਤਾਂ ਮੇਨਲੀ ਇਹ ਹੈ ਸਾਡਾ ਜੋ ਹੈ ਪਬਲਿਕ ਦੀ ਸਮੱਸਿਆਵਾਂ ਨੂੰ ਸਮਝਣ ਲਈ ਇਹ ਮੀਟਿੰਗਾਂ ਅਸੀਂ ਸਟਾਰਟ ਕੀਤੀਆਂ ਔਰ ਪਰਪਸ ਇਹਦਾ ਇਹ ਹੈ ਕਿ ਜਿਹੜੀਆਂ ਸਮੱਸਿਆਵਾਂ ਜਾਂ ਜੋ ਪ੍ਰੋਬਲਮਸ ਪਬਲਿਕ ਦੀਆਂ ਹੈਗੀਆਂ ਉਹ ਪੁਲਿਸ ਵੱਲੋਂ ਐਡਰੈਸ ਹੋਣ ਔਰ ਉਹ ਇਸ ਤਰ੍ਹਾਂ ਦੀ ਪਬਲਿਕ ਮੀਟਿੰਗਸ ਨਾਲ ਹੀ ਪਤਾ ਲੱਗ ਸਕਦੀਆਂ ਸਾਨੂੰ ਔਰ ਪੁਲਿਸ ਜਾਣੂ ਹੋ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਕੀਤਾ ਹੈ ਕਿ ਇਹ ਕੇਵਲ ਵਨ ਟਾਈਮ ਅਫੇਅਰ ਨਾ ਰਹੇ। ਇਸ ਤਰ੍ਹਾਂ ਦੀ ਪਬਲਿਕ ਮੀਟਿੰਗ ਰੈਗੂਲਰ ਹਰ ਮਹੀਨੇ ਹੋਣੀ ਚਾਹੀਦੀ ਹੈ ਹਰ ਥਾਣੇ ਦੇ ਵਿੱਚ ਔਰ ਇਹਦੇ ਲਈ ਇੱਕ ਪੱਕਾ ਰਜਿਸਟਰ ਹੋਣਾ ਚਾਹੀਦਾ ਜਿਹੜੀ ਸਮੱਸਿਆਵਾਂ ਰੇਜ਼ ਕੀਤੀਆਂ ਗਈਆਂ ਮੀਟਿੰਗਾਂ ਦੇ ਵਿੱਚ ਉਹ ਲਿਖੀਆਂ ਜਾਣ ਔਰ ਉਹਨਾਂ ਦਾ ਹੱਲ ਥਾਣੇ ਲੈਵਲ ਨਾਕੇ ਲੈਵਲ ਅਤੇ ਪੈਟਰੋਲਿੰਗ ਪਾਰਟੀ ਔਰ ਕਾਂਸਟੇਬਲ ਲੈਵਲ ਤੱਕ ਹੱਲ ਹੋਏ ਉਸ ਚੀਜ਼।